रामलाल दी कहानी करमा सड़ी बाहर साइकिल ਦੀ ਟੱਲੀ ਦੀ ਆਵਾਜ਼ ਸੁਣਦੇ ਮੋਤਾ ਸਿੰਘ ਦੇ ਨਿਆਣੇ ਦਰਵਾਜ਼ਾ ਖੋਲਣ ਲਈ ਦੌੜ ਪਏ ਤੇ ਨਾਂ ਨੇ ਇਕੱਠਿਆਂ ਹੀ ਕੁੰਡੇ ਨੂੰ ਹੱਥ ਪਾਇਆ ਤੇ ਦਰਵਾਜ਼ਾ ਖੋਲ ਕੇ ਕਾਂਵਾਂ ਰੌਲੀ ਪਾ ਦਿੱਤੀ ਦਰਜੀ ਆ ਗਏ ਦਰਜੀ ਆ ਗਏ ਫਿਰ ਉਹ ਤਿੰਨੇ ਮੋਤਾ ਸਿੰਘ ਦੇ ਸਾਈਕਲ ਤੇ ਚੜ ਗਏ ਇੱਕ ਅਗਲੇ ਡੰਡੇ ਉੱਤੇ ਦੂਜਾ ਕਾਠੀ ਉੱਤੇ ਤੀਜਾ ਪਿਛਲੇ ਕੈਰੀਅਰ ਉੱਤੇ ਮੋਤਾ ਸਿੰਘ ਹੱਸਦਾ ਹੋਇਆ ਅੰਦਰ ਆ ਗਿਆ ਉਹਦੀ ਪਤਨੀ ਧੁੱਪ ਚ ਸੁੱਕਣੀ ਪਾਈ ਦਾਲ ਨੂੰ ਇਕੱਠੀ ਕਰ ਰਹੀ ਸੀ ਧੁੱਪ ਵੇੜੇ ਚ ਹੁੰਦੀ ਹੋਈ ਉੱਪਰ ਕੰਧ ਤੇ ਜਾ ਚੜੀ ਸੀ ਰੋਜ਼ ਇਸ ਵੇਲੇ ਤੱਕ ਧੁੱਪ ਬੁਰਜੀ ਤੇ ਚੜ ਜਾਂਦੀ ਸੀ ਮੋਤਾ ਸਿੰਘ ਵੀ ਹਰ ਰੋਜ਼ ਤੇਲ ਦੇ ਵੱਡੇ ਵੱਡੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਰੜ ਬਰੜੀਆਂ ਦਾੜੀ ਮੱਛਾਂ ਵਿੱਚੋਂ ਛਣ ਛਣ ਕੇ ਨਿਕਲਣ ਵਾਲੀ ਮੁਸਕਾਨ ਹਰੇਕ ਮਿਲਣ ਗਿਣਨ ਵਾਲੇ ਨੂੰ ਨਿਹਾਲ ਕਰ ਦਿੰਦੀ ਜਿੰਨਾ ਉਹ ਸਿਹਤਮੰਦ ਲੰਮਾ ਉੱਚਾ ਤੇ ਹਸਮੁਖ ਆਦਮੀ ਸੀ ਉਹਦੀ ਪਤਨੀ ਉੰਨੀ ਮਰੀਅਲ ਜਈ ਤੇ ਗੁਮਸੁਮ ਜਈ ਜਨਾਨੀ ਸੀ ਪੰਜ ਨਿਆਣੇ ਜੰਮ ਲੈਣ ਪਿੱਛੋਂ ਉਹਦੇ ਸਰੀਰ 'ਚ ਤਣ ਕੇ ਖੜੀ ਹੋ ਸਕਣ ਤੇ ਤੁਰਨ ਫਿਰਨ ਦੀ ਹਿੰਮਤ ਨਹੀਂ ਸੀ ਰਹੀ ਉਹਦੇ ਲੰਮੇ ਕੱਦ ਤੇ ਦਿਲਕਸ਼ ਨੱਕ ਨਕਸ਼ਿਤ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਆਪਣੇ ਸਮੇਂ ਚ ਉਹ ਵੀ ਕਹਿਰ ਟਾਉਂਦੀ ਹੋਏਗੀ ਇਹਨਾਂ ਤਿੰਨ ਨਿਆਣਿਆਂ ਦੇ ਇਲਾਵਾ ਜਿਹੜੇ ਪਿਓ ਦੇ ਸਾਈਕਲ ਉੱਤੇ ਸਵਾਰ ਸਨ ਦੋ ਵੱਡੀਆਂ ਕੁੜੀਆਂ ਹੋਰ ਸਨ ਸਭ ਤੋਂ ਵੱਡੀ ਦਾ 2 ਸਾਲ ਪਹਿਲਾਂ ਵਿਆਹ ਹੋ ਚੁੱਕਿਆ ਸੀ ਤੇ ਉਸ ਤੋਂ ਛੋਟੀ 10 ਇੰਚ ਵੱੜਦੀ ਸੀ ਉਹ ਰਸੋਈ 'ਚ ਬੈਠੀ ਅੰਗੀਠੀ ਬਲ ਰਹੀ ਸੀ ਪਿਓ ਦੀ ਆਵਾਜ਼ ਸੁਣ ਕੇ ਬਾਹਰ ਨਿਕਲ ਆਈ ਤੇ ਬੋਲੀ ਦਰਜੀ ਅੱਜ ਇੱਕ ਖਾਤਾ ਆਇਆ ਹੈ ਪਾਕਿਸਤਾਨੋਂ ਪਾਕਿਸਤਾਨੋਂ ਮੋਤਾ ਸਿੰਘ ਨੇ ਹੈਰਾਨੀ ਨਾਲ ਪੁੱਛਿਆ ਕਿਹਦਾ ਖਾਤੇ ਮਨਜੀਤ ਮਨਜੀਤ ਕਮਰੇ ਦੀ ਕੰਧ 'ਚ ਬਣੀ ਬਾਰੀ 'ਚ ਸਜਾ ਕੇ ਰੱਖੇ ਗੁਰੂ ਗ੍ਰੰਥ ਸਾਹਿਬ ਦੇ ਪਿੱਛੋਂ ਇੱਕ ਲਫਾਫਾ ਕੱਢ ਲਈ ਜਿਸ ਉੱਤੇ ਪਾਕਿਸਤਾਨ ਗਵਰਨਮੈਂਟ ਦੀਆਂ ਟਿਕਟਾਂ ਲੱਗੀਆਂ ਸਨ ਤੇ ਪਿਓ ਨੂੰ ਫੜਾਉਂਦੀ ਹੋਈ ਬੋਲੀ ਪਤਾ ਨਹੀਂ ਕਿਹਦਾ ਉਰਦੂ ਜੇ ਮੈਂ ਤਾਂ ਉਰਦੂ ਜਾਣਦੀ ਨਹੀਂ ਬੱਚਿਆਂ ਦੀਆਂ ਖੜਮਸਤੀਆਂ ਕਾਰਨ ਸਾਈਕਲ ਡਿੱਗਣ ਲੱਗਿਆ ਉਹਨੂੰ ਸਾਂਭਣ ਦੀ ਕੋਸ਼ਿਸ਼ 'ਚ ਮੋਤਾ ਸਿੰਘ ਦੇ ਹੱਥੋਂ ਲਫਾਫਾ ਛੁੱਟ ਕੇ ਹੇਠਾਂ ਡਿੱਗ ਪਿਆ ਉਨੇ ਮਨਜੀਤ ਨੂੰ ਸਾਈਕਲ ਫੜਾਇਆ ਕਾਲ ਨਾਲ ਲਫਾਫਾ ਚੁੱਕ ਕੇ ਵਿਹੜੇ 'ਚ ਡੱਠੀ ਮੰਜੀ ਦੇ ਸਿਰੇ ਤੇ ਜਾ ਬਟਿਆ ਇੱਕ ਹੱਥ ਨਾਲ ਪੱਗ ਲਾ ਕੇ ਆਪਣੇ ਗੋਡੇ ਤੇ ਰੱਖ ਲਈ ਤੇ ਦੂਜੇ 'ਚ ਫੜੇ ਲਫਾਫੇ ਅੰਦਰ ਝਾਕ ਕੇ ਤੈ ਕੀਤਾ ਹੋਇਆ ਕਾਗਜ਼ ਬਾਹਰ ਕੱਢਿਆ ਦੋਵੇਂ ਪਾਸੇ ਲਿਖਿਆ ਇੱਕ ਪੂਰਾ ਕਾਗਜ਼ ਸੀ ਉੱਪਰੋਂ ਹੇਠਾਂ ਉੱਤਰੋਂ ਨਹੀਂ ਤਾਂ ਦੇਖ ਦੇਾਂਗੇ ਮਨਜੀਤ ਨੇ ਭਰਾਵਾਂ ਨੂੰ ਉਤਾਰ ਕੇ ਸਾਈਕਲ ਵਾਰਾਂਡੇ 'ਚ ਖੜਾ ਕਰ ਦਿੱਤਾ ਨਿਆਣੇ ਫਿਰ ਪਿਓ ਨੂੰ ਜਾ ਚੰਬੜੇ ਇੱਕ ਪਿਛਲੇ ਪਾਸੇ ਉਂਗਲੇ 'ਚ ਬਾਹਾਂ ਪਾ ਕੇ ਝੂਲਣ ਲੱਗ ਪਿਆ ਦੂਜਾ ਨਾਲ ਟੁੱਕ ਕੇ ਬੈਠ ਗਿਆ ਤੀਜੀ ਨੇ ਉਹਦੇ ਹੱਥੋਂ ਲਫਾਫਾ ਖੋ ਕੇ ਹੈਰਾਨੀ ਨਾਲ ਪੁੱਛਿਆ ਇਹ ਟਿਕਟਾਂ ਕਿਉਂ ਜੀ ਅਨੇਧਾਰ ਜੀ ਇਹ ਪਾਕਿਸਤਾਨ ਦੀਆਂ ਨਹੀਂ ਪੁੱਤਰ ਪਾਕਿਸਤਾਨ ਕਿੱਥੇ ਕੁਵੇਦਾਰ ਜੀ ਪਾਕਿਸਤਾਨ ਉਧਰ ਹੀ ਹੈ ਜਿੱਧਰ ਤੇਰੇ ਨਾਨਾ ਜੀ ਰਹਿੰਦੇ ਨੇ ਡੇਰਾ ਬਾਬਾ ਨਾਨਕਵਾਲ ਉੱਥੋਂ ਬਸ ਥੋੜੀ ਇੱਕ ਦੂਰ ਰਹਿ ਜਾਂਦਾ ਹੈ ਲਿਆ ਹੁਣ ਲਫਾਫਾ ਫੜਾ ਮੈਨੂੰ ਤੇ ਮੰਜੀ ਤੂੰ ਇਹਨਾਂ ਸਾਰਿਆਂ ਨੂੰ ਬਾਹਰ ਲੈ ਜਾ ਮੈਂ ਜ਼ਰਾ ਖੱਤ ਪੜ੍ਹ ਲਵਾਂ ਪਹਿਲਾਂ ਇਹ ਤਾਂ ਦੱਸੋ ਵੀ ਹੈ ਕਿਸ ਦਾ ਇਹ ਦੇਖਦਾ ਹੁਣੇ ਤੇ ਖੱਤ ਦੇ ਆਖਰ ਵਿੱਚ ਗੁਲਾਮ ਸਰਵਰ ਦਾ ਨਾਮ ਦੇਖ ਕੇ ਤਰਬਕ ਪਿਆ ਗੁਲਾਮ ਸਰਵਰ ਉਹਦੇ ਮੂੰਹ ਨਿਕਲਿਆ ਤੇ ਉਹਦੀਆਂ ਨਿਗਾਹਾਂ ਆਪਣੀ ਪਤਨੀ ਵੱਲ ਪਹੁੰ ਗਈਆਂ ਗੁਲਾਮ ਸਰਵਰ ਦਾ ਨਾਮ ਸੁਣ ਕੇ ਉਹ ਵੀ ਤਰਬਕ ਗਈ ਸੀ ਤੇ ਦਾਲ ਇਕੱਠੀ ਕਰਨੀ ਛੱਡ ਕੇ ਗਰਦਨ ਪੁਹਾ ਕੇ ਉਸ ਵੱਲ ਵੇਖਣ ਲੱਗ ਪਈ ਸੀ ਗੁਲਾਮ ਸਰਵਰ ਕੌਣ ਮਨਜੀਤ ਨੇ ਭਰਾ ਨੂੰ ਪਿਓ ਕੋਲੋਂ ਉਠਾ ਕੇ ਆਪ ਉੱਥੇ ਬੈਠਦੇ ਹਿਆਂ ਪੁੱਛਿਆ ਪਹਿਲਾਂ ਕਦੇ ਇਹਦਾ ਖੱਤ ਨਹੀਂ ਆਇਆ ਹਾਂ ਪਹਿਲੇ ਕਦੇ ਨਹੀਂ ਆਇਆ ਮੋਤਾ ਸਿੰਘ ਮਾਨੀਮਨ ਚ ਖੱਤ ਪੜਨ ਲੱਗ ਪਿਆ ਉਹ 22171 ਕੋ ਸਾਹ ਪੜਦਾ ਜਾ ਰਿਹਾ ਸੀ ਪਰ ਉਹਦੀ ਸਮਝ ਨਹੀਂ ਸੀ ਆ ਰਿਹਾ ਕਿ ਗੁਲਾਮ ਸਰਵਰ ਨੇ ਉਹਨੂੰ ਇੰਨੇ ਚਿਰ ਬਾਅਦ ਯਾਦ ਕਿਵੇਂ ਕੀਤਾ ਸੀ 12 ਸਾਲਾਂ ਬਾਅਦ ਪਹਿਲੀ ਵਾਰੀ ਉਹਦੇ ਜਿਉਂਦੇ ਹੋਣ ਦਾ ਸਬੂਤ ਮਿਲਿਆ ਸੀ ਪਹਿਲੀ ਵਾਰੀ ਉਹਨੇ ਉਹਦੀ ਸੁੱਖ ਸ਼ਾਂਤ ਪੁੱਛੀ ਸੀ ਉਹਨੇ ਤਾਂ ਇਹ ਸਮਝਿਆ ਹੋਇਆ ਸੀ ਕਿ ਸਰਵਰ ਹੁਣ ਜਿਉਂਦਾ ਨਹੀਂ ਹੋਏਗਾ ਜੀ ਬਚ ਗਿਆ ਸੀ ਤਾਂ ਆਖਰ ਹੈ ਤਾਂ ਮੁਸਲਮਾਨ ਹੀ ਸੀ ਉਹਦੀ ਸੁੱਖ ਸੰਦ ਕਿਉਂ ਪੁੱਛਦਾ ਉਹਦਾ ਕੀ ਲੱਗਦਾ ਸੀ ਬਸ 2 ਸਾਲ ਦੀ ਜਾਣ ਪਛਾਣ ਸੀ ਉਹਨਾਂ ਦੀ ਉਦੋਂ ਇਕੱਠੇ ਇੱਕੋ ਵਰਕਸ਼ਾਪਸ ਹੁੰਦੇ ਸੰਤ ਸਬਾਬ ਨਾਲ ਇੱਕੋ ਹੀ ਬੈਰਕ ਵਿੱਚ ਇੱਕ ਦੂਜੇ ਦੇ ਗੁਆਂਢੀ ਬਣ ਗਏ ਸਨ ਸਿਰਫ 2 ਸਾਲ ਦੀ ਜਾਣ ਪਛਾਣ ਤੇ ਹੁਣ ਤਾਂ ਸਮੇਂ ਦੇ ਇਸ ਨਿੱਕੇ ਜਿਹੇ ਟੁਕੜੇ ਉੱਤੇ 12 ਸਾਲਾਂ ਦੀ ਧੂੜ ਦਾ ਬੜਾ ਵੱਡਾ ਤੇ ਉੱਚਾ ਢੇਰ ਲੱਗ ਚੁੱਕਿਆ ਸੀ ਸਮੇਂ ਦੇ ਇਸ ਮਲਬੇ ਹੇਠ ਉਹਨਾਂ ਦੇ ਕਿੰਨੇ ਜੁੜਵਾਂ ਹਾਸੇ, ਸਾਂਝੇ ਮਜ਼ਾਕ ਤੇ ਅਣਗਿਣਤ ਯਾਦਾਂ ਦਫਨ ਹੋ ਕੇ ਮਰ ਮੁੱਕ ਚੁੱਕੀਆਂ ਸਨ। ਸਮਾਂ ਉਸ ਤੇਜ਼ ਵਹਿੰਦੇ ਡੂੰਘੇ ਦਰਿਆ ਵਰਗਾ ਹੁੰਦਾ ਹੈ ਜਿਹੜਾ ਵਾਰੀ-ਵਾਰੀ ਆਪਣੇ ਰਸਤੇ ਬਦਲਦਾ ਰਹਿੰਦਾ ਹੈ ਤੇ ਆਪਣੇ ਤੂਫਾਨੀ ਵਹਾਰ ਨਾਲ ਧਰਤੀ ਉੱਤੇ ਗੱਡੀਆਂ, ਚਟਾਨਾਂ ਦੀਆਂ ਪਰਤਾਂ ਉਧੇੜ ਦਿੰਦਾ ਹੈ ਤੇ ਉਹਨਾਂ ਨੂੰ ਕਣ-ਕਣ ਕਰਕੇ ਕਿਸੇ ਡੂੰਗੀ, ਸ਼ਾਂਤ ਝੀਲ ਦੀ ਹਿੱਕ ਤੇ ਵਿਛਾ ਦਿੰਦਾ ਹੈ। ਉਸ ਜਗ੍ਹਾ ਦਾ ਨਾਮੋ ਨਿਸ਼ਾਨ ਤੱਕ ਮਿਟਾ ਦਿੰਦਾ ਹੈ। ਉਸ ਮਿੱਟੀ ਦੀ ਮਹਿਕ ਨੂੰ ਖਤਮ ਕਰ ਦਿੰਦਾ ਹੈ ਉਹਦੇ ਗੀਤ ਮਰ ਜਾਂਦੇ ਨੇ ਫਿਰ ਕਿਸੇ ਨੂੰ ਯਾਦ ਵੀ ਨਹੀਂ ਰਹਿੰਦਾ ਵੀ ਕਿੱਥੇ ਇੱਕ ਬਹੁਤ ਵੱਡੀ ਪਹਾੜੀ ਸੀ ਕਿੱਥੇ ਕੋਈ ਉੱਚੀ ਇਮਾਰਤ ਕਿੱਥੇ ਕੋਈ ਵੱਡਾ ਕਬਰਿਸਤਾਨ ਕਿੱਥੇ ਕਿਸੇ ਫਕੀਰ ਦੀ ਕਬਰ ਜਾਂ ਕਿੱਥੇ ਕੋਈ ਵੱਡਾ ਮੈਦਾਨ ਸੀ ਕਿੱਥੇ ਕੋਈ ਵਿਸ਼ਾਲ ਚਾਰ ਚਾਰਾਗਾਸ ਸੀ ਜਿੱਥੇ ਦੂਰ ਨੇੜੇ ਦੇ ਪਿੰਡਾਂ ਦੇ ਲੋਕ ਆਪਣੇ ਪਸ਼ੂ ਚਰਾਉਂਦੇ ਹੁੰਦੇ ਸਨ ਕਿੱਥੇ ਮੇਲੇ ਲੱਗਦੇ ਸਨ ਕਿੱਥੇ ਲੋਕ ਨੱਚਦੇ ਤੇ ਗਾਉਂਦੇ ਹੁੰਦੇ ਸਨ ਸਭ ਕੁਝ ਪਾਣੀ ਹੀਟ ਲਈ ਧਰਤਵਾੰਗ ਲੂਪ ਹੋ ਜਾਂਦਾ ਤੇ ਉਸ ਧਰਤੀ ਦੀ ਹਿੱਕ ਉਤੇ ਹੋਰ ਮਣਾਮੁਹੀ ਰੇਤ ਵੀ ਆ ਕੇ ਵਿੱਚ ਦੀ ਰਹਿੰਦੀ ਖਤ ਪੜਦਿਆਂ ਹੋਇਆਂ ਮੋਤਾ ਸਿੰਘ ਦੀਆਂ ਅੱਖਾਂ ਸਿੱੱਜਲ ਹੋ ਗਈਆਂ ਸਨ ਉਹਨੇ ਉਹਦਾ ਪਤਾ ਕਈ ਜਣਿਆਂ ਨੂੰ ਪੁੱਛਿਆ ਸੀ ਕਈਆਂ ਨੂੰ ਖਤ ਲਿਖੇ ਸਨ ਕਈਆਂ ਨੇ ਤਾਂ ਕੋਈ ਜਵਾਬ ਹੀ ਨਹੀਂ ਸੀ ਦਿੱਤਾ ਤੇ ਜਿਨ੍ਹਾਂ ਦੇ ਜਵਾਬ ਆਏ ਸਨ ਉਹ ਮੋਤਾ ਸਿੰਘ ਦਾ ਪਤਾ ਨਹੀਂ ਸੀ ਜਾਣਦੇ ਮੋਤਾ ਸਿੰਘ ਕਈ ਸਾਲ ਪਹਿਲਾਂ ਅੰਮ੍ਰਿਤਸਰੋਂ ਬਦਲੀ ਹੋ ਜਾਣ ਕਰਕੇ ਦਿੱਲੀ ਆ ਗਿਆ ਸੀ ਕਿਸੇ ਨੂੰ ਉਹਦਾ ਪਤਾ ਆਸਾਨੀ ਨਾਲ ਮਿਲਵੀ ਕਿਵੇਂ ਸਕਦਾ ਸੀ ਆਖਰ ਗੁਲਾਮ ਸਰਬਰ ਨੇ ਆਪਣੇ ਮੁਲਕ 'ਚ ਲੱਗੇ ਹਿੰਦੁਸਤਾਨੀ ਹਾਈ ਕਮਿਸ਼ਨਰ ਦੀ ਮਦਦ ਨਾਲ ਉਹਦਾ ਪਤਾ ਪ੍ਰਾਪਤ ਕਰ ਹੀ ਲਿਆ ਸੀ ਤੇ ਉਹਨੂੰ ਉਹ ਦਿਨ ਯਾਦ ਕਰਾਇਆ ਸੀ ਜਦੋਂ ਫਸਾਦਾਂ ਦੇ ਦਿਨਾਂ 'ਚ ਗੁਲਾਮ ਸਰਬਰ ਆਪਣੀ ਬੈਠਕ 'ਚ ਇਕੱਲਾ ਰਹਿੰਦਾ ਹੁੰਦਾ ਸੀ ਉਸ ਦਿਨ ਉਹਦੇ ਬਚਣ ਦੀ ਕੋਈ ਉਮੀਦ ਨਹੀਂ ਸੀ ਉਹ ਕੰਧਾਂ ਕੋਠੇ ਟੱਪਦਾ ਹੋਇਆ ਮੋਤਾ ਸਿੰਘ ਦੇ ਘਰ ਆ ਪਹੁੰਚਿਆ ਸੀ ਉਹਦੇ ਚਿਹਰੇ ਉੱਤੇ ਮੌਤ ਦੀ ਪੀਲਕ ਛਾਈ ਹੋਈ ਸੀ ਕਿਸੇ ਵੀ ਪਾਲੋ ਦੇ ਜੀਵਨ ਦਾ ਅੰਤ ਹੋ ਸਕਦਾ ਸੀ ਉਹਨੂੰ ਮਾਰਨ ਵਾਸਤੇ ਉਹਦੇ ਕਈ ਆਂਡੀ ਗਵਾਂਡੀ ਉਨਲਬਦੇ ਫਿਰ ਰਹੇ ਸਨ ਮੋਤਾ ਸਿੰਘ ਕੋਲੋ ਕਿਸੇ ਉਮੀਦ ਨਾਲ ਨਹੀਂ ਸੀ ਆਇਆ ਉਹਦੀਆਂ ਸਾਰੀਆਂ ਉਮੀਦਾਂ ਖਤਮ ਹੋ ਚੁੱਕੀਆਂ ਸਨ ਨਾ ਅੱਖਾਂ ਦੀ ਸ਼ਰਮ ਬਚੀ ਸੀ ਤੇ ਨਾ ਦਿਲਾਂ ਦਾ ਮੋਹ ਸਰਹੱਦ ਦੇ ਦੋਵੇਂ ਪਾਸੇ ਅਜੀਬ ਜੀ دیਵਾਨਗੀ ਤੇ ਵਹਿਸ਼ਤ ਦਾ ਰਾਜ ਸੀ ਨੰਗੀਆਂ ਤਲਵਾਰਾਂ ਨੇਜੀ ਖੰਡੇ ਸਾਰੇ ਪਾਸੇ ਨੰਗਾ ਨਾਚ ਕਰ ਰਹੇ ਸਨ ਉਹ ਬਿਜਲੀ ਵਾਂਗ ਲਿਸ਼ਕਦੇ ਤੇ ਅੱਖ ਦੇ ਫੋਰੇ 'ਚ ਸਿਰ ਧੜ ਨਾਲੋਂ ਵੱਖ ਕਰ ਦਿੰਦੇ ਮੋਤਾ ਸਿੰਘ ਨੂੰ ਕੁਝ ਵੀ ਨਹੀਂ ਸੀ ਕਹਿ ਸਕਦਾ ਉੱਚਾ ਉਹ ਤਾਂ ਸਰਵਰ ਦੇ ਟੋਟੇ ਟੋਟੇ ਕਰਕੇ ਉਹਦੇ ਭਰਾਵਾਂ ਦੀ ਕਤਲ ਤੇ ਭੈਣ ਦੇ ਅਗਵਾ ਦਾ ਬਦਲਾ ਲੈ ਸਕਦਾ ਸੀ ਜਦੋਂ ਉਹਨੇ ਕੰਦ ਨਾਲ ਲਮਕ ਕੇ ਛੇਹਠਾਂ ਛਾਲ ਮਾਰੀ ਸੀ ਇੱਕ ਧਮਾਕਾ ਜਿਹਾ ਹੋਇਆ ਸੀ ਮੋਤਾ ਸਿੰਘ ਉਦੋਂ ਆਪਣੀ ਰੋਂਦੀ ਹੋਈ ਨਿੱਕੀ ਕੁੜੀ ਨੂੰ ਹਿੱਕ ਨਾਲ ਲਾਈ ਬੈਠਾ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੀ ਪਤਨੀ ਵਾਰਾਂਡੇ 'ਚ ਵੱਡੀ ਨੂੰ ਨਾਲ ਲਈ ਪਈ ਸੀ ਉਹਨਾਂ ਸਮਝਿਆ ਲਗਾਤਾਰ ਮੀਂਹ ਪੈਣ ਕਰਕੇ ਕੰਦ ਦਾ ਕੋਈ ਹਿੱਸਾ ਡਿੱਗ ਪਿਆ ਹੈ ਸ਼ਾਇਦ ਮੋਤਨ ਸਿੰਘ ਨੇ ਵਿਹੜੇ 'ਚ ਜਾ ਕੇ ਦੇਖਿਆ ਗੁਲਾਮ ਸਰਵਰ ਗੋਡਿਆਂ ਭਾਰ ਬੈਠਾ ਹੌਸਵਾਲ ਦੇਖ ਰਿਹਾ ਸੀ। ਉਹਦੀਆਂ ਅੱਖਾਂ ਮੌਤ ਦੇ ਸਹਮ ਨਾਲ ਪਾਟੀਆਂ ਹੋਈਆਂ ਸਨ। ਉਹਨਾਂ ਵਿੱਚ ਨਾ ਉਮੀਦੀ اٹਕੀ ਹੋਈ ਸੀ। ਦੋਵਾਂ ਵਿੱਚੋਂ ਕੋਈ ਕੁਝ ਨਾ ਬੋਲਿਆ ਬਸ ਚੁੱਪ-ਚਾਪ ਇੱਕ ਦੂਜੇ ਵੱਲ ਦੇਖਦੇ ਰਹੇ ਕਿ ਉਹ ਇੱਕ ਦੂਜੇ ਨੂੰ ਪਛਾਣਨ 'ਚ ਕੋਈ ਗਲਤੀ ਤਾਂ ਨਹੀਂ ਕਰ ਰਹੇ। ਇਹਦਾ ਕੋਈ ਕਾਰਨ ਵੀ ਨਹੀਂ ਸੀ ਪਰ ਜ਼ਬਾਨਾਂ ਬੰਦ ਸਨ ਤੇ ਦਿਲ ਦਿਮਾਗ ਬੋਝਲ। ਕਿਸੇ ਨੂੰ ਕੁਝ ਕਹਿਣ ਸੁਣਨ ਦੀ ਲੋੜ ਹੀ ਨਹੀਂ ਸੀ ਪਈ। ਉਹਨਾਂ ਨੂੰ ਇਹ ਕਦੂਜੇ ਦੇ ਦਿਲ ਦੀ ਜਾਣਦੇ ਸਨ ਸਮਝ ਗਏ ਸਨ ਕੁਝ ਚਿਰ ਬਾਅਦ ਬਾਹਰਲਾ ਦਰਵਾਜ਼ਾ ਖੜਕਾਇਆ ਜਾਣ ਲੱਗ ਪਿਆ ਗੁਲਾਮ ਸਰਮਰ ਸਰਵਰ ਨੇ ਪਹਿਲਾਂ ਤਰਬਕ ਦੇ ਦਰਵਾਜ਼ੇ ਵੱਲ ਦੇਖਿਆ ਫਿਰ ਮੋਤਾ ਸਿੰਘ ਵੱਲ ਤੇ ਫਿਰ ਹੌਕਾ ਜਿਹਾ ਲੈ ਕੇ ਨੀਵੀ ਪਾ ਲਈ ਜੇ ਮੋਤਾ ਸਿੰਘ ਉਹਨੂੰ ਬਚਾਉਣਾ ਵੀ ਚਾਹੇ ਤਾਂ ਹੁਣ ਬਚਾ ਨਹੀਂ ਸਕੇਗਾ ਫਸਾਦੀ ਉਹਦਾ ਦਰਵਾਜ਼ਾ ਤੋੜ ਕੇ ਅੰਦਰ ਵੜਾਉਣਾ ਚਾਹੁੰਦੇ ਸਨ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਉਹਨੇ ਇਸ ਕੁਆਟਰ ਵਿੱਚ ਛਾਲ ਮਾਰੀ ਹੈ ਅਚਾਨਕ ਮੋਤਾ ਸਿੰਘ ਨੇ ਉਹਦੇ ਸਿਰ ਨੂੰ ਛੋਇਆ ਉਹਦਾ ਮੋਢਾ ਹਿਲਾਉਣਿਆ ਤੇ ਉਹਨੂੰ ਬਾਹੂ ਫੜ ਕੇ ਖੜੀਸਤਾ ਹੋਇਆ ਕਸੀਟ ਕੇ ਅੰਦਰ ਵੱਲ ਲੈ ਤੁਰਿਆ ਪਰ ਉਸ ਚ ਪੈਰੀ ਤੁਰਨ ਦੀ ਹਿੰਮਤ ਵੀ ਕਿੱਥੇ ਸੀ ਗੁੱਡੇ ਉੱਤੇ 6:00 ਵਜੇ ਹੋਣ ਕਰਕੇ ਡਿੱਕ ਡੋਲੇ ਜੇ ਖਾ ਰਿਹਾ ਸੀ ਮੋਤਾ ਸਿੰਘ ਨੂੰ ਗੁੱਸਾ ਆ ਗਿਆ ਸੀ ਉਹਨੂੰ ਮਾਂ ਦੀ ਗਾਲ ਕੱਢ ਕੇ ਖਿਸੀਟਦਾ ਹੋਇਆ ਅੰਦਰ ਲੈ ਗਿਆ ਇੱਕ ਮੰਜੇ ਤੇ ਸੁੱਟ ਕੇ ਬੋਲਿਆ ਇੱਥੇ ਮਰ ਤੇ ਕਾਲ ਨਾਲ ਕਮਰੇ ਚ ਇੱਕ ਰਜਾਈ ਲਿਆ ਕੇ ਉਸਤੇ ਪਾਤੀ ਉਸ ਮੰਜੇ ਉੱਤੇ ਉਹਦੀ ਪਤਨੀ ਪਈ ਸੀ ਉਹ ụpੜ ਕੇ ਉੱਠੀ ਕੁੜੀ ਹੀਠਾਂ ਜੱਡ ਗਈ ਉਕੜ ਗਈ ਇਹ ਕੀ ਕਰ ਰਹੇ ਹੋ ਤੂੰ ਬਕਵਾਸ ਬੰਦ ਕਰ ਨਹੀਂ ਤਾਂ ਕਿਰਪਾਨ ਛਾਤੀ ਚੋਂ ਪਰ ਲੰਗਾ ਦਿਆਂਗਾ ਤੇ ਮੋਤਾ ਸਿੰਘ ਸੱਚ ਮੁੱਚ ਕਿਰਪਾਨ ਫੜ ਕੇ ਉਹਦੇ ਸਰਹਾਣੇ ਆ ਖੜਾ ਹੋਇਆ ਕੁੜੀ ਭੁੰਜੇ ਪਈ ਉੱਚੀ ਉੱਚੀ ਰੋ ਰਹੀ ਸੀ ਖਬਰਦਾਰ ਜੇ ਸਾ ਕਢਿਆ ਇੱਕ ਦੂਜੇ ਨਾਲ ਲੱਗੇ ਪਈ ਰਹੋ ਦੋਵੇਂ ਕਿਸੇ ਨੂੰ ਸ਼ੱਕ ਨਾ ਹੋਵੇ ਦੋ ਜਣੇ ਪਏ ਨਹੀਂ ਸੁਣ ਕੇ ਗੁਲਾਮ ਸਰਵਰ ਤੇ ਮੋਤਾ ਸਿੰਘ ਦੀ ਪਤਨੀ ਦਾ ਸਾਹ ਸੁੱਕ ਗਿਆ ਸੀ ਦੋਵੇਂ اهل ਅਡੋਲ ਤੇ ਸੁੱਨ ਜੇ ਹੋਏ ਪਏ ਸਨ ਰਜਾਈ ਦੇ ਬਾਹਰ ਸਿਰਫ ਮੋਤਾ ਸਿੰਘ ਦੀ ਪਤਨੀ ਦਾ ਚਿਹਰਾ ਸੀ ਉਹ ਅੱਖਾਂ ਪਾੜ ਪਾੜ ਕੇ ਉਸ ਵੱਲ ਦੇਖ ਰਹੀ ਸੀ ਜਿਵੇਂ ਉਹ ਪਾਗਲ ਹੋ ਗਿਆ ਹੋਵੇ ਉਸੇ ਵੇਲੇ ਕਈ ਜਣੇ ਕੰਧਾ ਟੱਪ ਕੇ ਅੰਦਰ ਆਵੜੇ ਤੇ ਦਰਵਾਜ਼ਾ ਖੋਲ ਕੇ ਉਹਨਾਂ ਨੇ ਬਾਹਰលਿਆਂ ਨੂੰ ਵੀ ਅੰਦਰ ਵੜ ਲਿਆ ਸੀ ਵੇੜੇ 'ਚ ਤਿਲ ਸੁੱਟਣ ਦੀ ਜਗ੍ਹਾ ਨਹੀਂ ਸੀ ਰਹੀ ਹਰੇਕ ਆਦਮੀ ਦੇ ਹੱਥ 'ਚ ਕੋਈ ਨਾ ਕੋਈ ਹਥਿਆਰ ਸੀ ਹਰੇਕ ਗੁਲਾਮ ਸਰਵਰ ਦੇ ਖੂਨ ਦਾ ਪਿਆਸਾ ਦਿੱਸਦਾ ਸੀ ਪਰ ਗੁਲਾਮ ਸਰਵਰ ਉੱਥੇ ਸੀ ਕਿੱਥੇ ਉਹਨਾਂ ਨੇ ਘਰ ਦਾ ਕੋਨਾ-ਕੋਨਾ ਛਾਣ ਮਾਰਿਆ ਫਿਰ ਹੈਰਾਨ ਪਰੇਸ਼ਾਨ ਤੇ ਨਿਰਾਸ਼ ਹੋ ਕੇ ਉੱਥੋਂ ਚਲੇ ਗਏ ਓਲாம் ਸਰਵਰ ਨੇ ਲਿਖਿਆ ਸੀ ਅੱਜ ਵੀ ਉਹਨਾਂ ਪਲਾਂ ਦੀ ਯਾਦ ਆਉਂਦੀ ਹੈ ਤੇ ਮੇਰੇ ਸਾਹ ਉਸੇ ਤਰ੍ਹਾਂ ਖੁਸ਼ਕ ਹੋ ਜਾਂਦੇ ਨੇ ਖੁਦਾ ਦੀ ਸੋ ਤੂੰ ਉਹ ਕੁਰਬਾਨੀ ਕੀਤੀ ਸੀ ਜਿਹੜੀ ਘੱਟੋ-ਘੱਟ ਮੈਂ ਉਹ ਜੇ ਹਾਲਤ ਵਿੱਚ ਨਹੀਂ ਸੀ ਕਰ ਸਕਦਾ ਮੇਰਾ ਸਿਰ ਤੁਹਾਡੇ ਦੋਵਾਂ ਅੱਗੇ ਹਮੇਸ਼ਾ ਲਈ ਝੁਕਦਾ ਰਹੇਗਾ ਮੈਂ ਅਜਮੇਰ ਸ਼ਰੀਫ ਦੇ ਚਿਸ਼ਤੀ ਵਾਲੇ ਖਵਾਜਾ ਦੇ ਮੇਲੇ 'ਚ ਸ਼ਾਮਲ ਹੋਣ ਆ ਰਿਹਾ ਹਾਂ ਇਸੇ ਮਹੀਨੇ ਦੀ 15 ਤਰੀਕ ਨੂੰ ਫਰੰਟੀਅਰ ਮੇਲ ਰਾਈਂ ਦਿੱਲੀ ਪਹੁੰਚਾਂਗਾ ਇੱਕ ਦਿਨ ਤੁਹਾਡੇ ਨਾਲ ਵੀ ਬਿਤਾਵਾਂਗਾ ਤੂੰ ਮੈਨੂੰ ਸਟੇਸ਼ਨ ਉੱਤੇ ਮਿਲੀ ਖੁਦਾ ਜਾਣਦਾ ਮੈਂ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਮਿਲਾਂਗਾ ਤਾਂ ਸਾਂਝੀਆਂ ਕਰਾਂਗਾ ਹੁਣ ਤਾਂ ਸੁਖ ਨਾਲ ਦੋਵੇਂ ਗੁੱਡੀਆਂ ਵੀ ਸਿਆਣੀਆਂ ਹੋ ਗਈਆਂ ਹੋਣੀਆਂ ਨੇ ਤੇਰੀਆਂ ਹੋ ਸਕਦਾ ਵਿਆਹ ਵੀ ਦਿੱਤੀਆਂ ਹੋਣ ਹੋਰ ਬਾਲ ਬੱਚੇ ਵੀ ਹੋਣੇ ਨੇ ਉਹਨਾਂ ਨੂੰ ਮੇਰਾ ਵੱਖਰਾ ਵੱਖਰਾ ਪਿਆਰ ਦੇਵਾਂ ਭਾਬੀ ਸਹਿਬਾ ਦੀ ਖਿਦਮਤ 'ਚ ਮੇਰੀ ਸਲਾਮ ਅਰਜ਼ ਹੈ ਮੇਰੇ ਵੀ ਚਾਰ ਨਿਆਣੇ ਨੇ ਸੁਖ ਨਾਲ ਵੱਡੇ ਵੱਡੇ ਨੇ ਪੜਦੇ ਨੇ ਤੇ ਮਿਲ ਕੇ ਸਭਨਾ ਦਾ ਹਾਲ ਚਾਲ ਦੱਸਾਂਗਾ ਮਿਲੀਂ ਜ਼ਰੂਰ ਵਰਨਾ ਤੇਰਾ ਘਰ ਲੱਭਣ 'ਚ ਮੈਨੂੰ ਬੜੀ ਪਰੇਸ਼ਾਨੀ ਹੋਵੇਗੀ ਤੇਰਾ ਗੁਲਾਮ ਸਰਵਰ ਮਿਸਤਰੀ ਫਿੱਟਰ ਗ੍ਰੇਡ ਅਵਲ ਮਸ਼ੀਨ ਸ਼ਾਪ ਲੋਕੋ ਮੁਗਲਪੁਰਾ ਐਨ ਡਬਲਯੂ ਆਰ ਪਛਮੀ ਪਾਕਿਸਤਾਨ ਖਤ ਖਤਮ ਹੋ ਚੁੱਕਿਆ ਸੀ ਉਹਨੇ ਉਹਨੂੰ ਤੈਅ ਕਰਕੇ ਲਫਾਫੇ ਵਿੱਚ ਵੀ ਪਾ ਦਿੱਤਾ ਸੀ ਪਰਾਪ ਸੋਚਾਂ ਚ ਗਵਾਚ ਗਿਆ ਸੀ ਕਿਸੇ ਗੁੱਝੀ ਚਿੰਤਾ ਕਾਰਨ ਉਹਦੇ ਚਿਹਰੇ ਦੀ ਢਿੱਲੀ ਢਿੱਲੀ ਚਮੜੀ ਵੀ ਟਣ ਗਈ ਸੀ ਉਹਦੀ ਪਤਨੀ ਦੋਵਾਂ ਹੱਥਾਂ ਚ ਦਾਲ ਦਾ ਭਰਿਆ ਛੱਜ ਚੁੱਕੀ ਉਹਦੇ ਕੋਲ ਆ ਖੜੀ ਹੋਈ ਸਲਵਾਰ ਕਮੀਜ਼ ਤੇ ਦੁਪੱਟੇ ਨਾਲ ਟਕੀ ਹੱਡੀਆਂ ਦੀ ਮੁੱਠ ਦੇ ਰੁੱਖੇ ਰੁੱਖੇ ਕਾਲੇ ਵਾਲ ਜਿਹੜੇ ਆਪਣੀ ਚਮਕ ਗਵਾ ਚੁੱਕੇ ਸਨ ਚਿਹਰੇ ਉੱਤੇ ਪੀਲਖ ਜੀ ਫਿਰੀ ਹੋਈ ਸੀ ਉਹਨੇ ਪੁੱਛਿਆ ਇਹ ਉਹੀ ਗੁਲਾਮ ਸਰਵਰੇ ਨਾ ਜਿਹੜਾ ਅੰਮ੍ਰਿਤਸਰ ਚ ਸਾਡੀ ਬਾਰਕ ਚ ਰਹਿੰਦਾ ਹੁੰਦਾ ਸੀ ਮੋਤਾ ਸਿੰਘ ਨੇ ਪਤਨੀ ਵੱਲ ਘੂਰ ਕੇ ਵੇਖਿਆ ਫਿਰ ਉਹਨਾਂ ਅੱਖਾਂ 'ਚ ਇੱਕ ਅਜੀਬ ਜਿਹਾ ਭੈ ਦਿਸਿਆ ਤੇ ਫਿਰ ਉਹ ਭੈ ਕੋਰਖਤੀ ਤੇ ਨਫ਼ਰਤ 'ਚ ਬਦਲ ਗਿਆ ਤੇ ਉਹਨੇ ਜਵਾਬ ਦਿੱਤਾ ਹਾਂ ਕੀ ਲਿਖਿਆ ਉਹਨੇ ਉਹਦੀ ਪਤਨੀ ਨੇ ਫੇਰ ਪੁੱਛਿਆ ਉਹ ਅਜਮੇਰ ਸ਼ਰੀਫ ਦੇ ਮੇਲੇ ਜਾ ਰਿਹਾ ਹੈ ਲਿਖਦਾ ਹੈ ਤੁਹਾਡੇ ਘਰੇ ਵੀ ਆਵਾਂਗਾ ਮਿਲਣ ਪਰ ਮੈਂ ਉਹਨੂੰ ਇੱਥੇ ਨਹੀਂ ਲਿਆਵਾਂਗਾ ਕਿਉਂ ਅਚਾਨਕ ਉਹਦੀ ਪਤਨੀ ਨੇ ਛੱਜੇ ਹੀਠਾਂ ਰੱਖ ਦਿੱਤਾ ਤੇ ਦੁਪੱਟੇ ਦੇ ਪੱਲੇ ਨੂੰ ਦੋਵਾਂ ਹੱਥਾਂ 'ਚ ਫੜ ਕੇ ਇੰਜ ਮਰੋੜਨ ਲੱਗ ਪਈ ਜਿਵੇਂ ਕਿਸੇ ਦੀ ਗਰਦਨ ਮਰੋੜ ਰਹੀ ਹੋਵੇ ਫਿਰ ਕਰੜ ਕੇ ਬੋਲੀ ਕਿਉਂ ਉਹਨੂੰ ਇੱਥੇ ਕਿਉਂ ਨਹੀਂ ਲਿਆਉਂਗੇ ਮਾਂ ਕੀ ਹੋ ਗਿਆ ਐ ਮਨਜੀਤ ਘਬਰਾ ਕੇ ਪਰੇ हट ਗਈ ਮੋਤਾ ਸਿੰਘ ਵੀ ਘਬਰਾ ਕੇ ਮੰਜੇ ਤੋਂ ਉੱਠ ਖੜਾ ਹੋਇਆ ਜਿਵੇਂ ਪਾਗਲ ਹੋ ਗਿਆ ਹੋਵੇ ਮਨਜੀਤ ਦੀ ਮਾਂ ਮੈਂ ਉਹਨੂੰ ਮਿਲਾਂਗਾ ਵੀ ਨਹੀਂ ਉਹਦੇ ਸਾਹਮਣੇ ਜਾਂਦਿਆਂ ਹੋਇਆਂ ਸ਼ਰਮ ਜੀ ਆਉਂਦੀ ਏ ਮੈਨੂੰ ਉਹ ਬਿਫਰ ਗਈ ਤੇ ਉਹਨੇ ਆਪਣੇ ਪਤੀ ਨੂੰ ਗਲੋਂ ਫੜ ਲਿਆ ਤੇ ਤੈਨੂੰ ਸ਼ਰਮ ਆਉਂਦੀ ਏ ਅੱਜ ਤੈਨੂੰ ਸ਼ਰਮ ਆਉਂਦੀ ਐ ਜਦੋਂ ਮੈਂ ਬੁੱਢੀ ਹੋ ਗਈ ਆ ਤੇ 12 ਸਾਲ ਪਹਿਲਾਂ ਸ਼ਰਮ ਨਹੀਂ ਆਈ ਸੀ ਤੈਨੂੰ ਉਦੋਂ ਤਾਂ ਤੂੰ ਮੇਰੀ ਛਾਤੀ ਤੇ ਕਿਰਪਾਨ ਰੱਖ ਕੇ ਮੈਨੂੰ ਚੁੱਪ ਕਰਾਤਾ ਸੀ ਮੈਂ ਆਪਣੇ ਦਿਲ ਦੇ ਫੱਟ ਨੂੰ ਅੱਜ ਤੱਕ ਨਹੀਂ ਭੁੱਲ ਸਕੀ ਤੈਨੂੰ ਵੀ ਉਹ ਫੱਟ ਨਜ਼ਰ ਨਹੀਂ ਆਇਆ ਕਦੀ ਆਉਂਦਾ ਵੀ ਕਿਵੇਂ ਇੱਕ ਕਰਮਾ ਸੜੀ ਮੈਂ ਹੀ ਆ ਜਿਹੜੀ ਅੱਜ ਤੱਕ ਚੁੱਪ ਚਾਪ ਰੋ ਰੋ ਕੇ ਸਿਸਕ ਸਿਸਕ ਕੇ ਉਸ ਫੱਟ ਦੀ ਪੀੜ ਚਲਦੀ ਰਹੀ ਮੈਂ ਉਸੇ ਦਿਨ ਮਰ ਜਾਂਦੀ ਉਸੇ ਵੇਲੇ ਜਾਨ ਦੇ ਦਿੰਦੀ ਪਰ ਤੂੰ ਮੈਨੂੰ ਮਰਨ ਵੀ ਨਹੀਂ ਦਿੱਤਾ ਤੂੰ ਮੈਨੂੰ ਦਲਾਸਾ ਦਿੱਤਾ ਯਕੀਨ ਦਿਵਾਇਆ ਇਸ ਗੱਲ ਨੂੰ ਕਦੀ ਯਾਦ ਨਹੀਂ ਕਰੇਂਗਾ ਕਦੀ ਨਫ਼ਰਤ ਨਹੀਂ ਕਰੇਂਗਾ ਕਦੀ ਮੀਣਾ ਨਹੀਂ ਦੇਂਗਾ ਅੱਜ ਤੈਨੂੰ ਉਸ ਨਾਲ ਮਿਲਦਿਆਂ ਸ਼ਰਮ ਆ ਰਹੀ ਏ ਤੈਨੂੰ ਇਹ ਉਦੋਂ ਕਿਉਂ ਨਹੀਂ ਆਈ ਮੇਰੀ ਵੀ ਕੋਈ ਸ਼ਰਮ ਏ ਮੇਰੀ ਵੀ ਕੋਈ ਇੱਜ਼ਤ ਏ ਮੇਰਾ ਜ਼ਖਮ ਅੱਜ ਫੇਰ ਉੱਚੜ ਗਿਆ ਅੱਜ ਮੇਰੀ ਇੱਜ਼ਤ ਮਿੱਟੀ 'ਚ ਮਿਲ ਗਈ ਏ ਕਹਿੰਦੀ ਹੋਈ ਉੱਚੀ-ਉੱਚੀ ਰੋਣ ਲੱਗ ਪਈ ਦੋਵਾਂ ਹੱਥਾਂ ਨਾਲ ਆਪਣੀ ਛਾਤੀ ਪਿੱਟਣ ਲੱਗੀ ਤੇ ਫਿਰ ਹੀਠਾਂ ਬੈਠ ਕੇ ਸਿਰ ਫਰਸ਼ ਉੱਤੇ ਮਾਰਨ ਲੱਗ ਪਈ ਧੰਨਵਾਦ